ਸਟੂਡੈਂਟਸ ਵੈਲਕਮ ਜਿਵੇਂ ਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਕੀਤਾ ਕਿ ਰੋਲ ਆਫ ਪੇਰੈਂਟਸ ਹੁਣ ਅਸੀਂ ਕਰਾਂਗੇ ਕੰਟਰੀਬਿਊਸ਼ਨ ਔਰ ਰੋਲ ਆਫ ਕਮਿਊਨਿਟੀ ਜਿਹੜੀ ਕਮਿਊਨਿਟੀ ਹੈ ਸਮੁਦਾਇ ਹੈ ਉਹਦਾ ਕੀ ਰੋਲ ਹੈ ਹੁਣ ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਦੀ ਸਿੱਖਿਆ ਦੇ ਸਾਰੇ ਹੀ ਲੈਵਲ ਤੇ ਜਿਹੜੀ ਕਮਿਊਨਿਟੀ ਹੈ ਉਹ ਆਪਣਾ ਜਿਹੜਾ ਰੋਲ ਪਲੇ ਕਰਦੀ ਹੈ ਤੇ ਕਮਿਊਨਿਟੀ ਦਾ ਰੋਲ ਬਹੁਤ ਇੰਪੋਰਟੈਂਟ ਹੁੰਦਾ ਹੈ ਸਭ ਤੋਂ ਪਹਿਲਾਂ ਕੀ ਹੈ ਵੀ ਮਾਤਾ ਪਿਤਾ ਤੇ ਅਧਿਆਪਕਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਸਕਾਰਾਤਮਕ ਮਨੋਵਿਰਤੀ ਪੈਦਾ ਕਰਨਾ ਮੀਨਸ ਕਮਿਊਨਿਟੀ ਨੇ ਕੀ ਕਰਨਾ ਹੈ ਜਿਹੜੇ ਪੇਰੈਂਟਸ ਨੇ ਤੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦੇ ਵਿੱਚ ਜੋ ਬੱਚਿਆਂ ਦੇ ਰਾਈਟਸ ਨੇ ਉਹਨਾਂ ਦੇ ਪ੍ਰਤੀ ਜਿਹੜਾ ਪੋਜੀਟਿਵ ਐਟੀਟਿਊਡ ਆ ਉਹ ਪੈਦਾ ਕਰਨਾ ਹੈ ਕਿਉਂਕਿ ਬੱਚਿਆਂ ਦੇ ਰਾਈਟਸ ਵੀ ਹੈਗੇ ਨੇ ਜਿਵੇਂ ਕਿ ਐਕਸਪਲੋਇਟੇਸ਼ਨ ਦੇ ਨਾਲ ਰਿਲੇਟਡ ਬਣਿਆ ਹੈ ਮੀਨਸ ਜਿਹੜੇ ਬੱਚੇ ਛੋਟੇ ਨੇ 14 ਸਾਲ ਤੱਕ ਦੀ ਉਮਰ ਤੋਂ ਘੱਟ ਨੇ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਕੰਮ ਹੈ ਉਹ ਨਹੀਂ ਕਰ ਸਕਦੇ ਮੀਨਸ ਇਹ ਨਹੀਂ ਹੈ ਵੀ ਘਰ ਦੇ ਵਿੱਚ ਕੰਮ ਨਹੀਂ ਕਰ ਸਕਦੇ ਉਹ ਬੱਚੇ ਕਿਸੇ ਵੀ ਕੋਈ ਹੋਟਲ ਟਾਬੇ ਜਾਂ ਮੀਨਜ਼ ਜਿੱਥੇ ਬਾਲ ਮਜ਼ਦੂਰੀ ਹੁੰਦੀ ਹੈ ਜਿੱਥੇ ਉਹਨੂੰ ਕੁਝ ਪੇ ਕੀਤਾ ਜਾਂਦਾ ਹੈ ਉਥੇ ਉਹ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ ਇਹਨਾਂ ਬਾਰੇ ਪੇਰੈਂਟਸ ਨੂੰ ਤੇ ਅਧਿਆਪਕਾਂ ਦੇ ਵਿੱਚ ਕਮਿਊਨਿਟੀ ਨੇ ਜਿਹੜਾ ਸਹੀ ਐਟੀਟਿਊਡ ਪੈਦਾ ਕਰਨਾ ਹੁੰਦਾ ਹੈ ਨੈਕਸਟ ਹੈ ਜਿਹੜੇ ਸਥਾਨਕ ਸਾਧਨ ਨੇ ਮੀਨਜ਼ ਕਮਿਊਨਿਟੀ ਦੇ ਰਿਸੋਰਸਸ ਨੇ ਉਹਨਾਂ ਨੂੰ ਸੰਚਾਰਿਤ ਕਰਨਾ ਮੀਨਜ਼ ਉਹਨਾਂ ਨੂੰ ਜਿਵੇਂ ਕਿ ਕੋਈ ਸਕੂਲ ਦੇ ਵਿੱਚ ਫੰਕਸ਼ਨ ਹੈ ਬਟ ਸਕੂਲ ਦੇ ਵਿੱਚ ਥਾਂ ਘੱਟ ਸੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਲਗਾ ਲਓ بارش ਆ ਗਈ ਫੰਕਸ਼ਨ ਉੱਤੇ ਸਹੀ ਤਰੀਕੇ ਨਾਲ ਬਾਹਰ ਨਹੀਂ ਹੋ ਰਿਹਾ ਤਾਂ ਉਹ ਕਮੇਟੀ ਕਮਿਊਨਿਟੀ ਦੇ ਕੋਲ ਬਹੁਤ ਸਾਰੇ ਜਿਹੜੇ ਰਿਸੋਰਸਸ ਹੁੰਦੇ ਨੇ ਜਿਵੇਂ ਕਿ ਪਿੰਡ ਦੇ ਵਿੱਚ ਅਸੀਂ ਗੱਲ ਕਰੀ ਤਾਂ ਪੰਚਾਇਤੀ ਘਰ ਹੁੰਦੇ ਆ ਇਸ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਵੀ ਜੋ ਮਿਊਨਿਸਪਲ ਕਮੇਟੀਆਂ ਨੇ ਉਹਨਾਂ ਦੇ ਲਈ ਥਾਂ ਬਣੀ ਹੁੰਦੀ ਹੈ ਤਾਂ ਉੱਥੇ ਅਲਾਉ ਕਰਨਾ ਹੈ ਜਾਂ ਹੋਰ ਵੀ ਜਿਹੜੇ ਕਮਿਊਨਿਟੀ ਦੇ ਰਿਸੋਰਸਸ ਨੇ ਉਹਨਾਂ ਨੂੰ ਯੂਜ਼ ਕਰਨ ਦੇ ਲਈ ਸਕੂਲ ਨੂੰ ਵੱਧ ਤੋਂ ਵੱਧ ਮੋਟੀਵੇਟ ਕਰਨਾ ਹੈ ਕਿ ਤੁਸੀਂ ਇਸ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹੋ ਨੈਕਸਟ ਸਟੈਪ ਇਹ ਪੁਨਰਵਾਸ ਨਾਲ ਜੁੜੇ ਕੰਮਾਂ ਦੇ ਜਿਹੜੇ ਲਾਭ ਨੇ ਤੇ ਜੋਖਮ ਉਹਨਾਂ ਦੇ ਵਿੱਚ ਸਾਂਝੇਦਾਰ ਬਣਨਾ ਪੁਨਰਵਾਸ ਮੀਨਸ ਇਹ ਜਿਹੜੇ ਡਿਸੇਬਲਡ ਬੱਚੇ ਨੇ ਇਹਨਾਂ ਨੂੰ ਜ਼ਿੰਦਗੀ ਜਿਉਣ ਦੇ ਲਈ ਇਹਨਾਂ ਦਾ ਜਿਹੜਾ ਪੁਨਰਵਾਸ ਹੈ ਉਹ ਕਰਨਾ ਮੀਨਸ ਜਿਵੇਂ ਅਸੀਂ ਕਹਿੰਦੇ ਵੀ ਜੇ ਬੇਘਰੇ ਹੁੰਦੇ ਨੇ ਤਾਂ ਉਹਨਾਂ ਨੂੰ ਘਰ ਦੇਣਾ ਇਹ ਉਹਨਾਂ ਦਾ ਹੋ ਜਾਏਗਾ ਪੁਨਰਵਾਸ ਹੁਣ ਇਸ ਤਰ੍ਹਾਂ ਦੇ ਬੱਚਿਆਂ ਦੇ ਲਈ ਜਿਹੜੀਆਂ ਇਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰੋਵਾਈਡ ਕਰਨਾ ਤਾਂ ਜੋ ਉਹਨਾਂ ਦਾ ਜਿਹੜਾ ਪੁਨਰਵਾਸ ਹੈ ਉਹ ਹੋ ਸਕੇ ਹੁਣ ਇਹ ਨਾਲ ਜਿਹੜੇ ਜੁੜੇ ਕੰਮ ਨੇ ਤੇ ਲਾਭ ਨੇ ਹੁਣ ਕੰਮ ਦੇ ਦੇਖੋ ਲਾਭ ਵੀ ਹੁੰਦੇ ਨੇ ਤੇ ਜੋਖਮ ਵੀ ਹੁੰਦੇ ਨੇ ਤਾਂ ਕਮਿਊਨਿਟੀ ਨੇ ਕੀ ਕਰਨਾ ਹੈ ਉਹਦੇ ਵਿੱਚ ਸਾਂਝੀਦਾਰ ਬਣਨਾ ਹੈ ਸਟੇਕਹੋਲਡਰ ਬਣਨਾ ਹੈ ਉਹਦੇ ਵਿੱਚ ਹਿੱਸਾ ਲੈਣਾ ਹੈ ਨੈਕਸਟ ਹੈ ਬੱਚਿਆਂ ਦੇ ਜਿਹੜੀ ਡਾਕਟਰੀ ਪ੍ਰੀਖਿਆ ਸਬੰਧੀ ਜਿਹੜੀਆਂ ਸਹੂਲਤਾਂ ਨੇ ਉਹ ਉਪਲਬਧ ਕਰਾਉਣਾ ਮੀਨ ਜਿਹੜੇ ਬੱਚੇ ਨੇ ਸਕੂਲ ਦੇ ਵਿੱਚ ਜਿਹੜੀ ਕਮਿਊਨਿਟੀ ਹੈ ਉਹ ਜਿਹੜੇ ਮੈਡੀਕਲ ਕੈਂਪ ਉਹ ਲਗਵਾ ਸਕਦੀ ਹੈ ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਦੀਆਂ ਜੋ ਮੈਡੀਕਲ ਪ੍ਰੋਬਲਮਸ ਨੇ ਉਹਨਾਂ ਨੂੰ ਦੇਖਦੇ ਹੋਏ ਜਿਹੜੀ ਕੋਈ ਉਹਨਾਂ ਨੂੰ ਸੁਜੈਸ਼ਨ ਦੇਣ ਦੀ ਜ਼ਰੂਰਤ ਹੋ ਦਿੱਤੀ ਜਾ ਸਕੇ ਫਿਰ ਸਕੂਲ ਲਈ ਧਨ ਰਾਸ਼ੀ ਦਾ ਪ੍ਰਬੰਧ ਕਰਨਾ ਹੁਣ ਸਕੂਲ ਨੂੰ ਫਾਈਨਾਂਸ ਦੀ ਜਿਹੜੀ ਜ਼ਰੂਰਤਾਂ ਪੈਂਦੀ ਰਹਿੰਦੀ ਹੈ ਤਾਂ ਜਿਹੜੀ ਕਮਿਊਨਿਟੀ ਹੈ ਉਹਨੇ ਸਕੂਲ ਦੇਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਜਿਹੜਾ ਫਾਈਨਾਂਸ ਹੈ ਉਹ ਵੀ ਉਪਲਬਧ ਕਰਾਉਣਾ ਹੁੰਦਾ ਹੈ ਫਿਰ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ ਡਿਸੇਬਿਲਿਟੀ ਤੇ ਜਿਹੜਾ ਇਨਕਲੂਜਨ ਹੈ ਉਹਦੇ ਨਾਲ ਜੋ ਵੀ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਉਹਨਾਂ ਦੇ ਪ੍ਰਤੀ ਜਿਹੜੀ ਸੰਵੇਦਨਸ਼ੀਲਤਾ ਉਹ ਪੈਦਾ ਕਰਨੀ ਹੈ ਸੈਂਸਿਟੀਵਿਟੀ ਪੈਦਾ ਕਰਨੀ ਹੈ ਤਾਂ ਜੋ ਜਿਹੜੇ ਇਹ ਆਮ ਲੋਕ ਨੇ ਉਹਨਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਡਿਸੇਬਿਲਿਟੀ ਕੀ ਹੈ ਤੇ ਡਿਸੇਬਿਲਿਟੀ ਨੂੰ ਕਿਸ ਹੱਦ ਤੱਕ ਕਿਵੇਂ ਰੋਕਿਆ ਜਾ ਸਕਦਾ ਹੈ ਕਿਵੇਂ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੀ ਇਨਕਲੂਸਿਵ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੇ ਕੁਝ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਕਰ ਸਕਦੇ ਆ ਫਿਰ ਸਕੂਲਾਂ ਦੇ ਵਿੱਚ ਉਸ ਫੀਲਡ ਦੇ ਜਿਹੜੇ ਐਕਸਪਰਟ ਵਿਅਕਤੀ ਨੇ ਉਹਨਾਂ ਦੇ ਜਿਹੜੇ ਐਕਸਟੈਂਸ਼ਨ ਲੈਕਚਰ ਨੇ ਭਾਸ਼ਣ ਨੇ ਉਹਨਾਂ ਦੀ ਵਿਵਸਥਾ ਵੀ ਸਕੂਲ ਦੇ ਵਿੱਚ ਕਰਵਾਈ ਜਾ ਸਕਦੀ ਹੈ ਤਾਂ ਜੋ ਜਿਹੜੇ ਬੱਚੇ ਨੇ ਉਹ ਕਮਿਊਨਿਟੀ ਮੈਂਬਰਸ ਦਾ ਜਿਹੜਾ ਕੋਈ ਵੀ ਐਕਸਪੀਰੀਅੰਸ ਹੈ ਉਹ ਤੋਂ ਵੱਧ ਤੋਂ ਵੱਧ ਜਿਹੜਾ ਬੈਨੀਫਿਟ ਆ ਉਹ ਲੈ ਸਕਣ ਨੈਕਸਟ ਹੈ ਅਸਮਰਥ ਬੱਚਿਆਂ ਦੀ ਭਲਾਈ ਲਈ ਜਿਹੜੇ ਗਵਰਨਮੈਂਟ ਤੇ ਨਾਨ ਗਵਰਨਮੈਂਟਲ ਸੰਸਥਾਵਾਂ ਨੇ ਉਹਨਾਂ ਦਾ ਉਹਨਾਂ ਦੇ ਨਾਲ ਸੰਪਰਕ ਬਣਾ ਕੇ ਰੱਖਣਾ ਹੈ ਮੀਨਸ ਉਹਨਾਂ ਦੇ ਨਾਲ ਕੰਟੈਕਟ ਬਣਾ ਕੇ ਰੱਖਣਾ ਹੈ ਤਾਂ ਜੋ ਲੋੜ ਪੈਣ ਤੇ ਅਸੀਂ ਉਹਨਾਂ ਦੀ ਜਿਹੜੀ ਹੈਲਪ ਹੈ ਉਹ ਲੈ ਸਕੀਏ ਕਿਉਂਕਿ ਜਿਹੜੇ ਅਸਮਰਥ ਬੱਚੇ ਨੇ ਉਹਨਾਂ ਦੀ ਭਲਾਈ ਦੇ ਲਈ ਵੈਲਫੇਅਰ ਦੇ ਲਈ ਜਾਂ ਉਹਨਾਂ ਦੇ ਲਈ ਸਾਨੂੰ ਹੋਰ ਜਿਹੜੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਨੇ ਤਾਂ ਜਿਹੜੇ ਸਰਕਾਰੀ ਤੇ ਗੈਰ ਸਰਕਾਰੀ ਸੰਗਠਨ ਨੇ ਸੰਸਥਾਵਾਂ ਨੇ ਇਹ ਬਹੁਤ ਹੈਲਪ ਕਰਦੀਆਂ ਨੇ ਜੋ ਵੀ ਸਕੂਲ ਦੇ ਵਿੱਚ ਜੇ ਕੋਈ ਮੰਨ ਲਓ ਇਨਫਰਾਸਟ੍ਰਕਚਰ ਦੀ ਕਮੀ ਹੈ ਜਾਂ ਕੋਈ ਜਿਹੜੇ ਬੱਚੇ ਡਿਸੇਬਲਡ ਨੇ ਉਹਨਾਂ ਨੂੰ ਕੁਛ ਕੋਈ ਸਪੈਸ਼ਲ ਜਿਹੜਾ ਮਟੀਰੀਅਲ ਐ ਸਟੱਡੀ ਮਟੀਰੀਅਲ ਚਾਹੀਦਾ ਹੈ ਤਾਂ ਇਹ ਜਿਹੜੇ ਆਰਗੇਨਾਈਜੇਸ਼ਨਸ ਨੇ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਦੀਆਂ ਨੇ ਨੈਕਸਟ ਹੈ ਜਿਹੜੇ ਬੱਚੇ ਡਿਸੇਬਲਡ ਨੇ ਉਹਨਾਂ ਦੇ ਪ੍ਰਤੀ ਜੋ ਆਮ ਲੋਕ ਨੇ ਉਹਨਾਂ ਦੇ ਜੋ 네ਗੇਟਿਵ ਬਲੀਫਸ ਨੇ ਤੇ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਉਹਨੂੰ ਦੂਰ ਕਰਨ ਦੇ ਲਈ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਨੇ ਉਹਨਾਂ ਦੇ ਸਹਿਯੋਗ ਦੇ ਵਿੱਚ ਵਾਅਦਾ ਕਰਨਾ ਹੈ ਤਾਂ ਜੋ ਇਹਨਾਂ ਲੋਕਾਂ ਦੀ ਜਿਹੜੀ ਸੋਚ ਆ ਉਹਨੂੰ ਬਦਲਿਆ ਜਾ ਸਕੇ ਕਿ ਜਿਹੜੀ ਡਿਸੇਬਿਲਟੀ ਹੈ ਉਹਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ ਦੂਰ ਕਰਨਾ ਮਤਲਬ ਕਿਉਂਕਿ ਜਦੋਂ ਅਸੀਂ ਸਾਰੇ ਬੱਚਿਆਂ ਨੂੰ ਐਜੂਕੇਸ਼ਨ ਦੇਵਾਂਗੇ ਤਾਂ ਆਟੋਮੈਟਿਕਲੀ ਉਹ ਬੱਚੇ ਵੀ ਕਮਿਊਨਿਟੀ ਦੇ ਜਿਹੜੇ ਵਧੀਆ ਮੈਂਬਰ ਨੇ ਉਹ ਬਣ ਸਕਣਗੇ ਨੈਕਸਟ ਹੈ ਇਨਕਲੂਸਿਵ ਐਜੂਕੇਸ਼ਨ ਜਿਹੜੇ ਸਿਸਟਮ ਨੇ ਤੇ ਇਹਦੇ ਵਿੱਚ ਵਿਸ਼ੇਸ਼ ਸਕੂਲ ਪ੍ਰਣਾਲੀ ਹੈ ਉਹਦੇ ਵਿੱਚ ਫਰਕ ਨੂੰ ਘੱਟ ਕਰਨਾ ਮੀਨ ਜਿੱਕ ਤਾ ਹੈਗਾ ਸਮਾਵੇਸ਼ੀ ਸਿੱਖਿਆ ਜਿੱਥੇ ਸਾਰੇ ਬੱਚਿਆਂ ਨੂੰ ਇਕੱਠਿਆਂ ਨੂੰ এডਿਕੇਸ਼ਨ ਦੇਣੀ ਹੈ ਇਨਕਲੂਸਿਵ এডਿਕੇਸ਼ਨ ਭਾਵੇਂ ਬੱਚਾ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਵਾਲਾ ਹੈ ਕਿਸੇ ਵੀ ਤਰੀਕੇ ਨਾਲ ਉਹਦੇ ਵਿੱਚ ਡਿਸੇਬਿਲਟੀ ਹੈ ਤੇ ਇਹ ਕਹਿੰਦੇ ਨੇ ਸਪੈਸ਼ਲ ਸਕੂਲ ਜਿੱਥੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਉਹਨਾਂ ਨੂੰ ਅਲੱਗ ਤੋਂ এডਿਕੇਸ਼ਨ ਦਿੱਤੀ ਜਾਂਦੀ ਹੈ ਤਾਂ ਕਮਿਊਨਿਟੀ ਨੇ ਕੀ ਕਰਨਾ ਹੈ ਇਹਨਾਂ ਦੋਵਾਂ ਦੇ ਵਿੱਚ ਜਿਹੜਾ ਫਰਕ ਹੈ ਡਿਫਰੈਂਸ ਹੈ ਉਹਨੂੰ ਘੱਟ ਕਰਨਾ ਹੈ ਨੈਕਸਟ ਹੈ ਫਿਰ ਕਮਿਊਨਿਟੀ ਬੇਸਡ ਜਿਹੜਾ ਪੁਨਰਵਾਸ ਹੈ ਉਹਦੇ ਕੰਮਾਂ ਦੇ ਵਿੱਚ ਜਿਹੜੀ ਇਨਕਲੂਸਿਵ এডਿਕੇਸ਼ਨ ਹੈ ਉਹਨੂੰ ਰੀਲੇਟ ਕਰਨਾ ਹੈ ਉਹਨੂੰ ਸਬੰਧਿਤ ਕਰਨਾ ਹੈ ਤਾਂ ਜੋ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਕਿਸੇ ਵੀ ਤਰ੍ਹਾਂ ਦੀ ਇਹ ਡਿਸੇਬਲਡ ਬੱਚਿਆਂ ਨੂੰ ਹੈਲਪ ਦੀ ਜ਼ਰੂਰਤ ਹੈ ਉਹ ਹੈਲਪ ਕਮਿਊਨਿਟੀ ਵੱਲੋਂ ਦਿੱਤੀ ਜਾ ਸਕੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਥੈਂਕ ਯੂ